Minister, sir. Namaskar. I am Nida, of class 10th from Government Model High Secondary School, Sujma Jammu. Sir, my question is: When we work hard but do not get the desired result, then how can we put that stress in a positive direction? Respected sir, have you ever been through such a situation? Thank you. धन्यवाद, Nida. Pradhan Mantriji. भगवान कृष्ण के उपदेश की भूमि खेल जगत में ख्याति प्राप्त नीरज चोपड़ा जैसे विख्यात खिलाड़ियों के प्रदेश हरियाणा के पलवल से प्रशांत आपसे प्रश्न पूछना चाहते हैं प्रशांत कृपया अपना प्रश्न पूछे माननीय प्रधानमंत्री जी नमस्कार मेरा नाम प्रशांत है मैं शहीद नायक राजेंद्र सिंह राजकीय मॉडल संस्कृति वरिष्ठ माध्यमिक विद्यालय हथीन जिला पलवल हरियाणा के कक्षा बारहवीं विज्ञान संकाय का छात्र हूँ मेरा आपसे यह प्रश्न है कि तनाव परीक्षा के परिणामों को किस तरह प्रभावित करता है मैं इसमें आपसे मार्गदर्शन चाहता हूँ धन्यवाद श्रीमान धन्यवाद प्रशांत माननीय प्रधानमंत्री जी निदा और प्रशांत की तरह देश भर के करोड़ों छात्र आपसे परीक्षा परिणाम पर तनाव का प्रभाव इस विषय पर मार्गदर्शन चाहते हैं माननीय प्रधानमंत्री जी देखो मतदान ਦੇ ਜਿਹੜੇ ਨਤੀਜੇ ਆਉਂਦੇ ਨੇ ਉਹਦੇ ਬਾਅਦ ਜਿਹੜਾ ਤਣਾਅ ਹੈ ਉਹਦੀ ਬੁਨਿਆਦੀ ਵਜ੍ਹਾ ਇਤਿਹਾਸ ਮਤਿਆਂ ਦੇਈਏ ਜਿਲ੍ਹਾ ਕਾ ਰਾਇ ਤਾਂ ਕਰਾਂ ਦੇ ਲੋਕਿੰਗ ਹੀ ਨਿਆ ਪਾਠ ਪੜਾਚਾ ਜੇ ਮੇਰਾ ਤੇ ਸ਼ਾਨਦਾਰ ਪੇਪਰ ਗਿਆ ਮੇਰਾ ਤੇ ਬਿਲਕੁਲ 90 ਤੇ ਪੱਕਾ ਹੈ ਤੇ ਬੜਾ ਸ਼ੈਲ ਕਰਕੇ ਆਇਆ ਤਾਂ ਕਰਾਂ ਦੇ ਲੋਕਾਂ ਦਾ ਇੱਕ ਮਨ ਬਣ ਜਾਂਦਾ ਹੈ ਤੇ ਅਸੇ ਕੀ ਵੀ ਲੱਗਦਾ ਜੇ ਉਹ ਗਾਲ ਖਾਣੀ ਹੈ ਤਾਂ ਮਹੀਨੇ ਭਰ ਦੇ ਬਾਅਦ ਖਾਗੇ ਉਹਨੇ ਉਹਨੇ ਤੇ ਦੱਸੀ ਦਿਓ ਉਹਨੇ ਕੀ ਤੇ ਉਹਦਾ ਨਤੀਜਾ ਇਹ ਆਉਂਦਾ ਜੇ ਛੁੱਟੀਆਂ ਦਾ ਜਿਹੜਾ ਸਮੇਂ ਹੁੰਦਾ ਪਰਿਵਾਰ ਨੇ ਮੰਨ ਹੀ ਲੈਂਦਾ ਹੁੰਦਾ ਜੇ ਤੁਸੀਂ ਸੱਚ ਬੋਲਾ ਕਰਦੇ ਹੋ ਤੇ ਤੁਸੇ ਤੁਸ ਅੱਛਾ ਨਤੀਜਾ ਅਨ ਨਿਆਲੇਓ ਐਸਾ ਮੰਨ ਲੈਂਦੇ ਉਹ ਆਪਣੇ ਦੋਸਤਾਂ ਕੀ ਦੱਸਣਾ ਸ਼ੁਰੂ ਕਰੀ ਦਿੰਦੇ ਨਹੀਂ ਨਹੀਂ ਇਸ ਵਾਰੀ ਤੇ ਬੜਾ ਅੱਛਾ ਕੀਤਾ ਉਸਨੇ ਤੇ ਬੜੀ ਮਿਹਨਤ ਕਰਦਾ ਹ ਭਈ ਕਦੇ ਖੇਡਣ ਕੇ ਨਹੀਂ ਜਾਂਦਾ ਖਦ ਰਿਸ਼ਤੇਦਾਰਾਂ ਦੇ ਇੱਥੇ ਵਿਆਹ ਉਹ ਆਪਣੇ ਜੋੜਦੇ ਰਹਿੰਦੇ ਨੇ ਜੁਣੀਆਂ ਮਿਲਿਆ ਵੱਡਾ ਵੱਡਾ ਤੇ ਮਤਿਆਨ ਦਾ ਰਿਜ਼ਲਟ ਆਉਣੇ ਤੱਕ ਤੇ ਉਹਨੇ ਇੱਕ ਐਸਾ ਮੌਲ ਬਣਾ ਹੀ ਦਿੱਤੇਦਾ ਹੁੰਦਾ ਜੇ ਬਸ ਇਹ ਤੇ ਪਹਿਲੇ ਦੂਏ ਦੇ ਪਿੱਛੇ ਰਹੁਗੇ ਨਹੀਂ ਤੇ ਜਿੱਲੇ ਰਿਜ਼ਲਟ ਆਉਂਦਾ 40 45 ਨੰਬਰ ਤਾਂ tufaan ਖੜਾ ਹੋ ਜਾਂਦਾ ਤੇ ਇਸ ਕਰਕੇ ਪਹਿਲੀ ਗੱਲ ਹੈ ਜੇ ਅਸ ਸੱਚਾਈ ਥਾ ਮੁਕਾਬਲਾ ਕਰਨੇ ਦੀ ਆਦਤ ਛੋੜਨੀ ਨਹੀਂ ਚਾਹੀਦੀ ਜੀ ਅਸ ਕਿੰਨੇ ਦਿਨ ਤੱਕ ਝੂਠ ਦੇ ਸਾਰੇ ਜੀ ਸਕਨੇ ਆ ਸਵੀਕਾਰ ਕਰਨਾ ਚਾਹੀਦਾ ਜੇ ਹਾਂ ਮੈਂ ਅੱਜ ਗਿਆ ਪਰ ਮੈਂ ਮਤਿਆਨ ਠੀਕ ਕਰਨੇ ਨਹੀਂ ਦਿੱਤਾ ਮੈਂ ਕੋਸ਼ਿਸ਼ ਕੀਤੀ ਹੀ ਖਰਾ ਨਹੀਂ ਹੋਆ ਜੇਕਰ ਪਹਿਲੇ ਥਮਾ ਗਏ ਤੁਸ ਆਖੀ ਦੇਗੇ ਤੇ ਮੰਨ ਹੀ ਲਾਓ 5 ਨੰਬਰ ਮਤੇ ਆਈ ਗਏ ਤਾਂ ਤੁਸੀਂ ਦੇਖਿਆ ਹੋਗਾ ਘਰ ਅਚ ਤਨਾ ਨਹੀਂ ਹੋਗਾ ਉਹ ਆਖ ਗਏ ਭਾਈ ਤੂੰ ਤੇ ਆਖਦਾ ਹ ਬੜਾ ਖਰਾਬ ਹੈ ਤੂੰ ਤੇ ਸ਼ੈਲ ਨੰਬਰ ਲੈ ਕੇ ਆਇਆ ਮਾਨਕ ਉਹ ਜਿਹੜਾ ਮਾਣ ਦੰਡ ਹੁੰਦਾ ਨਾ ਉਹ ਸੈੱਟ ਹੋ ਜਾਂਦਾ ਉਹਦੇ ਕੰਨੇ ਸ਼ੈਲ ਲੱਭਦਾ ਇਸ ਕਰੀਏ ਤੁਸੇਂਗੀ ਦੁਗਾ ਹੈ ਤਣਾਅ ਦੀ ਵਜ੍ਹਾ ਤੁੰਦੇ ਦਿਮਾਗ ਚ ਤੁੰਦੇ ਦੋਸਤ ਪਰੋ ਚ ਦਿਰਾਉਂਦੇ ਨਾ ਉਹ ਇੰਆ ਕਰਦੇ ਨਾ ਤੇ ਮੈਂ ਇੰਆ ਕਰਗਾ ਉਹ ਇੰਆ ਕਰਦੇ ਨਾ ਤੇ ਮੈਂ ਵੈਸਾ ਕਰਗਾ ਕਲਾਸ ਚ ਕੋਈ ਬੜਾ ਕੇ ਹੁਨਾਰਾ ਬੱਚਾ ਹੁੰਦਾ ਆਸ ਵੀ ਹੁਨਾਰਾ ਹੁੰਦੇ 19 ਦਾ ਫਰਕ ਹੁੰਦਾ ਦਿਨ ਰਾਤ ਅਸ ਉਸ ਮੁਕਾਬਲੇ ਬਾਜੀ ਦੇ ਬਹਾਵ ਚ ਜੀਨੇ ਆ ਤਨਾ ਦੀ ਇੱਬੇ ਇੱਕ ਵੱਡੀ ਵਜਾ ਹੁੰਦੀ ਹੈ ਅਸ ਆਪਣੇ ਲਈ ਜੀਚੇ ਆਪਣੇ ਚ ਜੀਚੇ ਆਪਣੇ ਥਮ ਸਿੱਖਦੇ ਹੋਏ ਜੀਚੇ ਸਿੱਖਣਾ ਸਭਨੇ ਥਮ ਚਾਹੀਦਾ ਪਰ ਆਪਣੇ ਅੰਤ੍ਰਯ ਦੀ ਸਮਰਥ ਪਰ ਬਲ ਦੇਣਾ ਲੋੜ ਚਦਾ ਜੇਕਰ ਇਹ ਅਸ ਕਰਨੇ ਆ ਤਾਂ ਤਨਾ ਆਤਮਾ ਮੁਕਤੀ ਦੀ ਸੰਭਾਵਨਾ ਵਧ ਜੰਦੀਆਂ ਦੁਗਾ ਜੀਵਨ ਅਲੀ ਬੱਕੀ ਸਾਡੀ ਸੋਚ ਕੇ ਹੈ ਜਿਸ ਦਿਨ ਅਸ ਮੰਨਨੇ ਆ ਜੇ ਇਹ ਮਧਾਨ ਕੇ ਮਤਲਬ ਜ਼ਿੰਦਗੀ ਗਈ ਫੀ ਤੇਤਨਾ ਸ਼ੁਰੂ ਉਹ ਨਾ ਗਿਆ ਉਹਨੇ ਜੀਵਨ ਕਦੇ ਵੀ ਇੱਕ ਸਟੇਸ਼ਨ ਪਰ ਰੁਕਦਾ ਨਹੀਂ ਹੈ ਜੀ ਜੇਕਰ ਇੱਕ ਸਟੇਸ਼ਨ ਛੁੜ ਕੀ ਗਿਆ ਤਾਂ ਦੂਈ ਟ੍ਰੇਨ ਆਗ ਦੂਗੇ ਵੱਡੇ ਸਟੇਸ਼ਨ ਪਰ ਲਈ ਜਾ ਕੇ ਤਸ ਚਿੰਤਾ ਨਹੀਂ ਕਰੋ ਮਤਿਆਨ ਉਸ ਜ਼ਿੰਦਗੀ ਦਾ ਅੰਤ ਨਹੀਂ ਹੁੰਦਾ ਜੀ ਠੀਕ ਹੈ ਸਾਡੀ ਆਪਣੀ ਕਸੌਟੀਆਂ ਹੋਣੀ ਚਾਹੀਦੀ ਅਸ ਆਪਣੇ ਆਪ ਕੀ ਕਸਦੇ ਰੋਚੇ ਆਪਣੇ ਆਪ ਕੀ ਸਜਤੇ ਰੋਚੇ ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਪਰਸਿੰਗੀ ਇਸ ਤਣਾਵ ਥਮਾ ਮੁਕਤੀ ਚ ਸੰਕਲਪ ਕਰ ਹੀ ਲੈਣਾ ਚਾਹੀਦਾ ਜਿਹੜਾ ਵੀ ਆਉਗ ਮੈਂ ਜ਼ਿੰਦਗੀ ਕੇ ਜੀਣੇ ਦਾ ਤਰੀਕਾ ਜਾਨਣਾ ਮੈਂ ਇਹਦੇ ਕੰਨੇ ਵੀ ਨਿਭੜੀ ਲੱਗਾ ਤੇ ਇਹ ਜੇਕਰ ਤੁਸੀਂ ਪ੍ਰਣ ਕਰ ਹੀ ਲੈਂਦੇ ਹੋ ਤਾਂ ਵੀ ਆਰਾਮ ਕਾ ਨਿਯੋਜਨ ਦਾ ਇਸ ਕਰੀਏ ਮੇ ਸਮਝਣਾ ਜੇ ਇਸ ਚਾਲੀ ਦੇ ਨਤੀਜੇ ਦੇ ਤਨਾਗ ਹੀ ਕਦੇ ਕਦੇ ਉਨਾ ਮਨਅਚ ਲੈਣ ਦੀ ਲੋੜ ਨਹੀਂ ਹੈ ਜੀ ਧੰਨਵਾਦ